ਜਿਹੜਾ ਸਾਨੂੰ ਰੂਪ ਦਿੱਤਾ ਨਾ, ਇਹ ਤਾਂ ਰੂਪ ਤਾਂ ਹੈਗਾ ਆ ਕਿ ਜਨ ਭਾਏ ਖਾਲਸਾ ਪ੍ਰੇਮਾ ਭਗਤੀ ਜਿਹਨੇ ਜਾਣੀ ਹੈ ਨਾ, ਜਿਹਨੇ ਪ੍ਰੇਮਾ ਭਗਤੀ ਜਾਣੀ ਆ, ਇਹ ਉਹਦਾ ਰੂਪ ਆ, ਨਾ ਕਿ ਇਹ ਸਾਨੂੰ ਐਵੇਂ ਹੀ ਹਰੇਕ ਜਗ੍ਹਾ 'ਤੇ ਜਾ ਕੇ ਪੰਗੇ ਲੈਣ ਵਾਲਾ ਰੂਪ ਹੈ, ਇੱਦਾਂ ਨਹੀਂ ਹੈਗਾ ਨਾ। ਅਤੇ ਉਹ ਬੜਾ ਇਸ ਗੱਲ 'ਚ ਬੜਾ ਫਿੱਜਦਾ ਨਾ, ਫਤਿਹ ਬੁਲਾਈ ਫਿਰ ਸਾਰਿਆਂ ਨੇ ਉੱਚੀ ਉੱਚੀ, ਅਤੇ 2-3 ਘੰਟੇ ਸਾਡੇ ਉੱਥੇ ਲੰਘ ਗਏ। ਸਾਨੂੰ ਉਹਨਾਂ ਨੇ ਮੇਰੇ ਤੋਂ 10-15 ਮਿੰਟ ਕਹਿੰਦੇ ਤੁਸੀਂ ਆਈਓ, 5 ਮਿੰਟ ਹੀ ਪਹਿਲਾਂ ਤੋਂ ਕਹੀ ਜਾਂਦੇ ਸੀਗੇ, ਅਤੇ ਕਹਿੰਦੇ ਵੱਧ ਤੋਂ ਵੱਧ ਤੁਹਾਡੇ 20 ਮਿੰਟ ਲੈਣੇ ਆ, ਪਰ ਉੱਥੇ ਬੈਠਿਆਂ ਬੈਠਿਆਂ ਤਾਂ 2-3 ਘੰਟੇ ਹੀ ਲੰਘ ਗਏ। ਅਤੇ ਲਿਖਣਾ ਸ਼ੁਰੂ ਕਰ ਲਿਆ ਉਹਨਾਂ ਨੇ ਕਈ ਗੱਲਾਂ ਨਾ, ਅਤੇ ਸਾਨੂੰ ਜ਼ਰੂਰਤ ਹੈਗੀ ਆ, ਜਦੋਂ ਅਸੀਂ ਗੁਰਬਾਣੀ ਵੱਲ ਨੂੰ ਆਉਣਾ, ਆਊਟ ਆਫ ਬਾਕਸ ਅਸੀਂ ਥਿੰਕ ਕਰਨਾ, ਗੁਰਬਾਣੀ ਵੱਲ ਜਦੋਂ ਆਉਣਾ ਆ ਸਾਨੂੰ ਪੜ੍ਹ ਕੇ ਉਹ 'ਤੇ ਸੋਝ ਲਾਉਣ ਦੀ ਹੈ ਨਾ, ਉਹਨੂੰ ਜਾਣਨ ਦੀ। ਜਿੰਨਾ ਚਿਰ ਅਸੀਂ ਉਹਨੂੰ ਜਾਣਦੇ ਨਹੀਂ ਉਨਾ ਚਿਰ ਅਸੀਂ ਕਿਤੇ ਵੀ ਨਹੀਂ ਜਾ ਸਕਦੇ, ਕਿਤੇ ਵੀ ਨਹੀਂ ਜਾ ਸਕਦੇ। ਹੁਣ ਬਹੁਤ ਸੌਖਾ ਸੋਸ਼ਲ ਮੀਡੀਆ, ਅੱਗੇ ਜਿੱਦਾਂ ਮੇਰੇ ਸਮਿਆਂ ਵਿੱਚ ਤਾਂ ਨਾ, ਜਿਹੜੇ ਮੇਰੇ ਨਾਲ ਦੇ ਹੈਗੇ ਆ ਜਨੇ ਸਿੰਘ, ਉਹਨਾਂ ਨੂੰ ਪਤਾ ਹੈ ਕਿੱਦਾਂ ਅਸੀਂ ਜਾਂਦੇ ਹੁੰਦੇ ਸੀ, ਸਾਡੇ ਤੋਂ ਪੱਠੇ ਪਵਾਈ ਜਾਣੇ ਹੈ ਨਾ, ਚਲੋ ਵੀ ਚਾਰਾ ਵੱਢ ਲਿਆ, ਚਲੋ ਵੀ ਸਟਾਲਾ ਵੱਢ ਲਿਆ, ਚਲੋ ਵੀ ਆਹ ਕਰ ਲਓ, ਚਲੋ ਵੀ ਉਹ ਕਰ ਲਓ ਹੈ ਨਾ। ਅਤੇ ਐਂਡ 'ਤੇ ਸਾਨੂੰ 10 ਕੁ ਮਿੰਟ ਮਿਲਦੇ ਹੁੰਦੇ ਸੀਗੇ, 10 ਵੱਧ ਤੋਂ ਵੱਧ 15 ਮਿੰਟ ਮਿਲ ਜਾਣੇ ਕਿਸਮਤ ਚੰਗੀ ਹੋਈ ਨਾ, ਅਤੇ ਜਾਂ ਫਿਰ ਕਹਿਣਾ ਜਾਂ ਗੋਡੇ ਘੁੱਟੋ ਹੁਣ, ਤੋ ਗੋਡੇ ਘੁੱਟਦਿਆਂ ਘੁੱਟਦਿਆਂ ਨੇ ਸੌ ਜਾਣਾ ਉਹਨਾਂ ਨੇ ਹੈ ਨਾ। ਅਤੇ ਹੁਣ ਤਾਂ ਸੋਸ਼ਲ ਮੀਡੀਆ ਇੰਨੀਆਂ ਵਧੀਆ ਚੀਜ਼ਾਂ ਆ ਕਿ ਸਾਨੂੰ ਸਾਰਾ ਕੁਛ ਘਰ ਬੈਠਿਆਂ ਬੈਠਿਆਂ ਮਿਲ ਜਾਂਦਾ, ਆਪਣੇ ਕੰਫਰਟ ਜ਼ੋਨ ਵਿੱਚ ਅਸੀਂ ਬੈਠ ਕੇ ਸਾਰਾ ਕੁਛ ਅਸੀਂ ਸਿੱਖ ਸਕਦੇ ਹਾਂ ਨਾ। ਉਸ ਅਕਾਲ ਪੁਰਖ ਬਾਰੇ ਗੁਰਬਾਣੀ ਅਸੀਂ ਪੜ੍ਹ ਸਕਦੇ ਹਾਂ, ਉਸ ਅਕਾਲ ਪੁਰਖ ਪਾਤਸ਼ਾਹ ਨੇ ਸਾਨੂੰ ਜਿਹੜੇ ਜਿੰਦਾ ਗੁਰੂ ਦੇ ਕੇ ਗਏ ਨਾ, ਉਹ ਕਿਸੇ ਗੱਲ ਤੋਂ ਦੇ ਕੇ ਗਏ ਆ, ਆਹ ਚੱਕੋ ਇਹਨੂੰ ਸਮਝੋ, ਇਹਦੇ ਰਾਹ 'ਤੇ ਤੁਰੋ ਅਤੇ ਜਾਣੋ ਅਤੇ ਦੱਸੋ ਹੈ ਨਾ। ਜਿੱਦਾਂ ਕਹਿੰਦੇ ਆ ਸਿੱਖੀ ਸਿੱਖਿਆ ਗੁਰਬਚਾਰ ਹੈ ਨਾ, ਉਹ ਅਸੀਂ ਸਿੱਖ ਕੇ ਸਿੱਖ ਸਿੱਖਿਆ ਲੈ ਕੇ ਨਾ ਉਹ ਗੁਰਬਚਾਰ ਕਰਨਾ ਆ, ਅਸੀਂ ਉਸ ਪਰਮਾਤਮਾ ਦੇ ਰਾਹ ਦਾ ਰਸਤਾ ਦੇਣਾ ਕਿ ਇੱਦਾਂ ਤੁਸੀਂ ਜੁੜ ਸਕਦੇ ਹੋ ਉਸ ਅਕਾਲ ਪੁਰਖ ਦੇ ਨਾਲ ਹੈ ਨਾ। ਪਰ ਅਸੀਂ ਕੀ ਹੋਰ ਪਾਸੇ ਅਸੀਂ ਉਹ ਜਿੱਦਾਂ ਗੱਲ ਕਰ ਰਹੇ ਸੀ, ਅਸੀਂ ਹੋਰ ਹੀ ਕੁਛ ਸੋਚੀ ਜਾਂਦੇ ਹਾਂ, ਉਹਨਾਂ 'ਚੋਂ ਸਾਨੂੰ ਨਿਕਲਣਾ ਪੈਣਾ ਹੈ, ਪਾਸਟ 'ਚੋਂ ਸਾਨੂੰ ਨਿਕਲਣਾ ਪੈਣਾ ਆ, ਅਸੀਂ ਗੁਰਬਾਣੀ ਨਾਲ ਜੁੜ ਕੇ ਸਾਨੂੰ ਗਾਂਹ ਜਾਣਾ ਪੈਣਾ।